Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com. ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੇ ਆਓ ਸਭ ਤੋਂ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੇਂਦਰੀ ਰਾਜ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਲੋਕਾਂ ਅਤੇ ਪੁਲਿਸ ਵਿਚਾਲੇ ਹੋਈ ਧੱਕਾ ਮੁੱਕੀ। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 4.5 ਕਰੋੜ ਰੁਪਏ ਜਾਰੀ। ਜਲੰਧਰ 'ਚ ISI ਦਾ ਜਾਸੂਸ ਤੇ ਖਾਲਿਸਤਾਨੀ ਸਮਰਥਕ ਗ੍ਰਿਫਤਾਰ। ਅੱਖਾਂ 'ਚ ਮਿਰਚਾਂ ਪਾ ਕੇ ਲੁੱਟਿਆ ਕੈਸ਼। ਅਤੇ ਸ੍ਰੀ ਮੁਕਤਸਰ ਸਾਹਿਬ 'ਚ ਔਰਤ ਦੀ ਬੇਰਹਿਮੀ ਨਾਲ ਹੱਤਿਆ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਖਬਰਾਂ। ਦਿੱਲੀ ਦੇ ਤੁਗਲਕਾਬਾਦ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਮਾਮਲੇ 'ਚ ਰਵਿਦਾਸ ਭਾਈਚਾਰੇ ਵੱਲੋਂ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਫਗਵਾੜਾ ਵਿਖੇ ਘਿਰਾਓ ਕੀਤਾ ਗਿਆ। ਕੋਠੀ ਦਾ ਘਿਰਾਓ ਕਰਨ ਦੌਰਾਨ ਪੁਲਿਸ ਦੇ ਨਾਲ ਰਵਿਦਾਸ ਭਾਈਚਾਰੇ ਦੀ ਧੱਕਾਮੁੱਕੀ ਵੀ ਹੋਈ। ਇਸ ਦੌਰਾਨ ਭਾਰੀ ਗਿਣਤੀ 'ਚ ਪੁਲਿਸ ਫੋਰਸ ਦੀ ਤੈਨਾਤੀ ਕੀਤੀ ਗਈ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ 'ਚ ਜਥੇਬੰਦੀਆਂ ਵੱਲੋਂ ਰਣਨੀਤੀ ਉਲੀਕੀ ਗਈ ਸੀ। ਇਸ ਦੌਰਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਤੱਕ ਦਿੱਲੀ ਤੁਗਲਕਾਬਾਦ 'ਚ ਮੰਦਰ ਦੀ ਜ਼ਮੀਨ ਵਾਪਸ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਮਾਜ ਇਸੇ ਤਰ੍ਹਾਂ ਸੰਘਰਸ਼ ਕਰੇਗਾ। ਦੱਸ ਦਈਏ ਕਿ 31 ਅਗਸਤ ਨੂੰ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਵੀ ਘਿਰਾਓ ਕੀਤਾ ਜਾਵੇਗਾ। ਜੋ ਦਿੱਲੀ ਗੁਰੂ ਰਵਿਦਾਸ ਦੇ ਅੰਦਰ ਮੰਦਰ ਗਿਰਾਇਆ ਗਿਆ, ਜਿੱਥੇ ਪੂਰੇ ਦੇਸ਼ ਦੇ ਅੰਦਰ ਜਿਹੜਾ ਉਹ ਬਹੁਤ ਪੂਰੇ ਦੇਸ਼ ਦੇ ਅੰਦਰ ਜਿੱਥੇ ਰੋਸ ਹੈ, ਉੱਥੇ ਪੰਜਾਬ ਦੇ ਅੰਦਰ ਵੀ ਜਿਹੜਾ ਆ ਉਹ ਬਹੁਤ ਵੱਡਾ ਰੋਸ ਹੈ। ਸੋ ਅੱਜ ਹੈ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਹੋਏ, ਕੇਂਦਰ ਦੇ ਅੰਦਰ ਬਹੁਤ ਵੱਡੇ ਵੱਡੇ ਜਿਹੜਾ ਦਿੱਲੀ ਦੇ ਅੰਦਰ ਪ੍ਰਦਰਸ਼ਨ ਹੋਏ, ਪਰ ਕੇਂਦਰ ਸਰਕਾਰ ਦੇ ਜਿਹੜੀ ਆ ਕੰਨਾਂ ਦੇ ਉਹ ਜੂਨ ਨਹੀਂ ਸਰਕੀ। ਇਸ ਕਰਕੇ ਸਾਨੂੰ ਮਜਬੂਰ ਹੋ ਕੇ ਇਹ ਫੈਸਲਾ ਕਰਨਾ ਪਿਆ ਕਿ ਜਿਹੜੇ ਪੰਜਾਬ ਦੇ 3 ਵਜ਼ੀਰ ਜਿੱਤ ਕੇ ਕੇਂਦਰ ਦੇ ਅੰਦਰ ਮੰਤਰੀ ਬਣੇ ਨੇ, ਜਿਹੜੇ ਸੋਮ ਪ੍ਰਕਾਸ਼ ਜੀ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ, ਉਹਨਾਂ ਦਾ ਰੈਜੀਡੈਂਸ ਇੱਥੇ ਫਗਵਾੜੇ ਹੈ। ਅਸੀਂ ਅੱਜ 28 ਤਰੀਕ ਨੂੰ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਸੋਮ ਪ੍ਰਕਾਸ਼ ਦੇ ਘਰ ਦਾ ਜਿਹੜਾ ਉਹ ਘਿਰਾਓ ਕਰਨ ਵਾਸਤੇ ਆਏ ਹਾਂ। ਤੁਸੀਂ ਦੇਖ ਰਹੇ ਹਾਂ ਕਿ 2 ਦਿਨ ਦੇ ਸ਼ੋਰਟ ਨੋਟਿਸ ਦੇ ਉੱਤੇ ਜਿੱਥੇ ਅੱਜ ਭਾਰੀ ਗਿਣਤੀ ਦੇ ਅੰਦਰ ਲੋਕ ਜਿਹੜੇ ਇੱਥੇ ਪਹੁੰਚੇ ਨੇ, ਜਿਨ੍ਹਾਂ ਦੇ ਹਿਰਦੇ ਬਲੁੰਦੜੇ ਗਏ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਬਹੁਤ ਵੱਡਾ ਰੋਸ ਹੈ, ਉਹ ਲੋਕ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਹੋਏ ਅਪਮਾਨ ਦਾ ਬਦਲਾ ਲੈਣ ਵਾਸਤੇ ਇੱਥੇ ਆਏ ਆ। ਅੱਜ ਅਸੀਂ ਇੱਥੇ ਆਏ ਹਾਂ। 31 ਤਰੀਕ ਨੂੰ ਅਸੀਂ ਬੀਬੀ ਹਰਸਿਮਰਤ ਕੌਰ ਬਠਿੰਡਾ ਜੋ ਲੰਬੀ ਬਾਦਲ ਪਿੰਡ ਦੇ ਅੰਦਰ ਜਾ ਕੇ ਅਸੀਂ ਜਿਹੜਾ ਉਹ ਉਹਨਾਂ ਦਾ ਘਿਰਾਓ ਕਰਾਂਗੇ। ਔਰ ਜੋ ਤੀਸਰੇ ਮੰਤਰੀ ਨੇ ਹਰਦੀਪ ਪੁਰੀ ਜੀ ਅੰਮ੍ਰਿਤਸਰ ਨੂੰ ਰੀਪ੍ਰਜੈਂਟ ਕਰਦੇ ਨੇ ਉਹ, ਅਤੇ ਇਸ ਕਰਕੇ ਅਸੀਂ ਜਿਹੜਾ 31 ਤਰੀਕ ਨੂੰ ਅਗਲੀ ਤਰੀਕ ਦਾ ਉੱਥੇ ਐਲਾਨ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੂਬਾ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 4.5 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਜਲੰਧਰ, ਕਪੂਰਥਲਾ ਅਤੇ ਰੂਪਨਗਰ ਜ਼ਿਲ੍ਹਿਆਂ ਲਈ 1.5 ਕਰੋੜ ਰੁਪਏ ਅਤੇ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਲਈ 50-50 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਕਾਂਗੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਲਈ 2.1 ਕਰੋੜ ਦੀ ਰਾਸ਼ੀ 35-35 ਲੱਖ ਰੁਪਏ ਦੇ ਹਿਸਾਬ ਨਾਲ ਇਹਨਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਦਿੱਤੀ ਗਈ। ਉਹਨਾਂ ਕਿਹਾ ਕਿ ਬੀਤੇ ਸੋਮਵਾਰ ਨੂੰ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਆਫਤ ਪ੍ਰਬੰਧਨ ਸਮੂਹ ਦੀ ਹੋਈ ਬੈਠਕ ਦੌਰਾਨ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਰ ਫੰਡਾਂ ਦੀ ਮੰਗ ਕੀਤੀ ਸੀ। ਜਲੰਧਰ ਦਿਹਾਤੀ ਪੁਲਿਸ ਨੇ ਪਾਕ ਖੁਫੀਆ ਏਜੰਸੀ ISI ਸਣੇ ਕਈ ਅੱਤਵਾਦੀ ਸੰਗਠਨਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੀ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਏਜੰਟ ਨੂੰ ਕਰਤਾਰਪੁਰ ਦੇ ਪਿੰਡ ਭਤੀਜਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਏਜੰਟ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਦਾ ਨਾਂ ਹਰਪਾਲ ਸਿੰਘ ਹੈ, ਜੋ ਪਾਕਿਸਤਾਨ 'ਚ ਬੈਠੇ ਕਈ ਸੰਗਠਨਾਂ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ। ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਪਿੰਡ 'ਚ ਛਾਪੇਮਾਰੀ ਕਰ ਹਰਪਾਲ ਨੂੰ ਗ੍ਰਿਫਤਾਰ ਕੀਤਾ, ਜਿਸ ਪਾਸੋਂ ਇੱਕ ਮੋਬਾਈਲ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੋ ਹਰਪਾਲ ਸਿੰਘ ਪਾਲਾ ਨਾਮ ਕਾ ਵਿਅਕਤੀ ਹੈ, ਇਸਕੋ ਹਮਨੇ FIR ਨੰਬਰ 131 ਹੈ ਥਾਣਾ ਕਰਤਾਰਪੁਰ ਕੀ, ਜੋ 26/8/19 ਕੋ ਰਜਿਸਟਰ ਹੋਈ ਹੈ। ਉਸਮੇ ਹਮਾਰੇ CIG ਸਟਾਫ ਕੇ SI ਕੋ ਸਿਕਟ ਇਨਫਾਰਮੇਸ਼ਨ ਮਿਲੀ ਥੀ ਵੀ ਜੋ ਹਰਪਾਲ ਸਿੰਘ ਪਾਲਾ ਨਾਮ ਕਾ ਵਿਅਕਤੀ ਹੈ, ਜੇ ਕੁਛ ਦੇਸ਼ ਵਿਰੋਧੀ ਅਨਸਰੋਂ ਕੇ ਸਾਥ ਯਹਾਂ ਕੀ ਸੈਂਸਿਟਿਵ ਇਨਫਾਰਮੇਸ਼ਨ ਹੈ ਜੋ ਏਅਰਫੋਰਸ ਕੀ ਔਰ ਵਾਈਟਲ ਇੰਸਟਾਲੇਸ਼ਨਸ ਕੀ ਵੋ ਸ਼ੇਅਰ ਕਰ ਰਿਹਾ, ਉਸਕੇ ਸੰਬੰਧ ਮੇਂ ਇਸਕੋ ਅਰੈਸਟ ਕੀਆ ਗਿਆ ਥਾ। ਉਸਕੇ ਬਾਅਦ ਜੋ ਆਗੇ ਕੀ ਇਨਵੈਸਟੀਗੇਸ਼ਨ ਹੈ ਵੋ ਕੀ ਜਾ ਰਹੀ ਹੈ। ਅੱਛਾ, ਪਤਾ ਚਲਾ ਹੈ ਕਿ ਜੈਸੇ ਪਾਕਿਸਤਾਨ
में भी ये इंफॉर्मेशन दे रहा था, आईएसआई का जो है वहाँ पर बंदे हैं उनको दे रहा था, कुछ खालिस्तान फोर्सेस के साथ उसका ताल्लुक था, तो किस तरह के संगठनों के साथ ये काम करता था? अभी जो हमारी मुरली इन्वेस्टिगेशन है उसमें यही सामने आया भी जो यहाँ की जो सेंसिटिव इन्फॉर्मेशन थी जैसे एयरफोर्स की, उसके संबंध में इसने इन्फॉर्मेशन आउट ऑफ द कंट्री भेजी है, तो उसको अभी हम इन्वेस्टिगेशन में देख रहे हैं इसने क्या इन्फॉर्मेशन भेजी है, किसको भेजी है, दैट इज़ द मैटर ऑफ इन्वेस्टिगेशन। अभी प्रिलिमिनरी इन्वेस्टिगेशन में यहाँ तक ही क्लियर हुआ है। एक गोपाल चावला का नाम सामने आ रहा है कि गोपाल चावला का ये एजेंट था यहाँ पर जो पाकिस्तान के गुरुद्वारा सिख कमेटी के महासचिव हैं जी, तो क्या उनकी कोई इन्वॉल्वमेंट है, वो आईएसआई को देते हैं आगे इन्फॉर्मेशन देते हैं, क्या उनकी कोई इन्वॉल्वमेंट सामने आई? अभी हम एज ए मैटर ऑफ इन्वेस्टिगेशन है जो इसके बारे में आपको बाद में ब्रीफ करेंगे, फिलहाल प्रिलिमिनरी इन्वेस्टिगेशन में हम इसको कर रहे हैं सारा कंसीडर। अब तक कोई वारदात इसने मानी है, कोई वारदात कोई क्राइम यहाँ पर इंडिया में किया हो या इससे पहले इसके खिलाफ अभी तक कोई हमारे उसमें नहीं आया है कोई इसके खिलाफ FIR रजिस्टर हो, लेकिन फिर भी अभी हमने इसको रिमांड पे लिया है तो डिटेल में इन्वेस्टिगेशन कर रहे हैं, अगर इसके खिलाफ कोई और FIR पहले रजिस्टर हैं तो आपको बताया जाएगा। पटियाला च दो मोटरसाइकिल सवार लुटेरिया वालों दिन दिहाड़े एक व्यक्ति नूं लुट्टन का मामला सामने आया है। जानकारी मुताबिक पटियाला दे बी टैंक नेड़े मोटरसाइकिल सवार दो लुटेरे मोबाइल कंपनी की कैश लैके जा रहे नौजवान शुभम दियां अखां च मिर्चा पा के 3,30,000 रुपए ते मोबाइल लुट के फरार हो गए। घटना संबंधी सूचना मिलदिया मौके ते पुजी पुलिस मामले की जांच कर रही है, पुलिस CCTV कैमरियां की फुटेज की भी पड़ताल कर रही है। जिला श्री मुक्तसर साहब के पिंड मान सिंह वाला विखे एक औरत की बेरहमी नाल हत्या किए जाने की खबर मिली है। प्राप्त जानकारी मुताबिक जदों उक्त औरत घर च इकली सी तां किसी अणपछाते व्यक्ति ने तेजधार हथियार नाल हमला करके उसनूं मौत दे घाट उतार दिता। घटना की जानकारी मिलने बाद मौके पर पहुंची पुलिस ने इस संबंधी मामला दर्ज करके अगलेरी कार्रवाई शुरू कर दी है। ये जी अभी तो कम कर गए हुए थे जी, तो उस तो बाद अभी आके 9 बजे वेखे जी, तो 9 बजे आके वेख के जी उन्होंने, तो उस तो बाद पुलिस को खबर करती थी हम पुलिस कार्रवाई कर रही है। पालिया जी है पिंड च भी पालिया जी, पर नहीं मिले घर जी भी पालिया आंढ गुआढ़ उ नहीं मिले जी। ਤੇਰੀ ਮਾਤਾ ਜਿਹੜੀ ਹੈ ਘਰ ਦੇ ਵਿੱਚ ਇਕੱਲੇ ਰਹਿੰਦੇ ਸੀ? ਹਾਂਜੀ ਨਹੀਂ ਜੀ, ਇਹ ਦੋਨੇ ਜੀ ਰਹਿੰਦੇ ਹੁੰਦੇ ਸੀਗੇ ਤੇ ਮੇਰਾ ਭਰਾ ਵੀ ਸੀਗਾ ਛੋਟਾ। ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਅਨਨੋਨ ਤੇ FIR ਰਜਿਸਟਰ ਕੀਤੀ ਆ, ਪਰਿਵਾਰਿਕ ਮੈਂਬਰਾਂ ਨੂੰ ਹਾਲੇ ਕਿਸੇ ਤੇ ਕੋਈ ਡਾਊਟ ਨਹੀਂ ਹੈਗਾ, ਤਾਂ ਅਸੀਂ ਆਪਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿੱਦਾਂ ਇਨਵੈਸਟੀਗੇਸ਼ਨ 'ਚ ਜੋ ਫੈਕਟ ਸਾਹਮਣੇ ਆਉਂਦੇ ਆ ਉਦਾਂ ਦੀ ਕਾਰਵਾਈ ਕਰਾਂਗੇ ਅੱਗੇ। ਸਾਨੂੰ ਇਨਫੋਰਮੇਸ਼ਨ ਕਰੀਬ 11:30 ਮਿਲੀ ਸੀ ਰਾਤ। ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਜੀ ਇਸ ਚੀਜ਼ ਨੂੰ, ਤਾਂ ਜਿੱਦਾਂ ਵੀ ਫੈਕਟ ਸਾਹਮਣੇ ਆਉਂਦੇ ਆ ਤਾਂ ਉਸੇ ਹਿਸਾਬ ਨਾਲ ਕਲੀਅਰ ਕਰਾਂਗੇ। ਚੰਡੀਗੜ੍ਹ ਦੇ ਸੈਕਟਰ 19 ਦੇ ਥਾਣੇ 'ਚ ਤੈਨਾਤ ਇੱਕ ਸਬ ਇੰਸਪੈਕਟਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਬ ਇੰਸਪੈਕਟਰ ਦਾ ਨਾਂ ਗੁਲਜ਼ਾਰ ਸਿੰਘ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਲਜ਼ਾਰ ਨੇ ਅੱਜ ਦੁਪਹਿਰ ਥਾਣੇ ਦੀ ਇਮਾਰਤ ਤੋਂ ਛਾਲ ਮਾਰ ਦਿੱਤੀ। ਉਹਨਾਂ ਦੇ ਹੇਠਾਂ ਡਿੱਗਦਿਆਂ ਹੀ ਆਲੇ ਦੁਆਲੇ ਮੌਜੂਦ ਪੁਲਿਸ ਕਰਮਚਾਰੀ ਤੁਰੰਤ ਉਹਨਾਂ ਨੂੰ PGI ਲੈ ਕੇ ਗਏ, ਪਰ ਗੁਲਜ਼ਾਰ ਸਿੰਘ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਫਰੀਦਕੋਟ ਪੁਲਿਸ ਨੇ ਇੱਕ ਡਰੱਗ ਸਟੋਰ ਦੇ ਮਾਲਕ ਦੇ ਘਰ ਛਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਅਤੇ 90 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ। ਪੁਲਿਸ ਵੱਲੋਂ ਸਟੋਰ ਮਾਲਕ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। CIA ਸਟਾਫ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਗਏ ਇਸ ਸਾਂਝੇ ਓਪਰੇਸ਼ਨਾਂ 'ਚ ਦੋਹਾਂ
ਟੀਮਾਂ ਵੱਲੋਂ ਛਾਪੇਮਾਰੀ ਕਰਦਿਆਂ ਇਹ ਸਫਲਤਾ ਹਾਸਲ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਡਰੱਗ ਸਟੋਰ ਦੇ ਮਾਲਕ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਦੇ 4 ਮੁਕੱਦਮੇ ਦਰਜ ਹਨ। ਸਾਡੇ CIA ਸਟਾਫ ਅਤੇ ਸਾਡੀ ਸਾਰੀ ਟੀਮ ਫਰੀਦਕੋਟ ਪੁਲਿਸ ਨੇ ਮਿਹਨਤ ਕਰਦੇ ਹੋਏ ਬੜੀ ਵੱਡੀ ਕਾਮਯਾਬੀ ਸਾਡੇ ਹੱਥ ਲੱਗੀ ਹੈ, ਜਿਹਦੇ 'ਚ ਸਿੰਥੈਟਿਕ ਡਰੱਗਸ ਦਾ ਇੱਕ ਵੱਡਾ ਕਿੰਗ ਪਿੰਨ ਜੋ RK ਮੈਡੀਕਲ ਹਾਲ ਦਾ ਮਾਲਕ ਰਜੇਸ਼ ਕੁਮਾਰ, ਉਹਦੇ 'ਤੇ ਪਹਿਲਾਂ ਵੀ ਕਾਫੀ ਪਰਚੇ ਸੀ ਪਰ ਉਹ ਇੰਨੀ ਮਾਤਰਾ ਦੇ ਵਿੱਚ ਸਾਡੇ ਕਦੇ ਕਾਬੂ ਨਹੀਂ ਆਇਆ ਅਤੇ ਸਾਡੀ ਟੀਮ ਨੇ ਬੜੀ ਮਿਹਨਤ ਕਾਫੀ ਲਗਨ ਦੇ ਨਾਲ ਕਾਫੀ ਦੇਰ ਤੋਂ ਇਸ ਪ੍ਰੋਜੈਕਟ 'ਤੇ ਲੱਗੇ ਹੋਏ ਸੀ ਅਤੇ ਵੱਡੀ ਕਾਮਯਾਬੀ ਇਹਨਾਂ ਨੂੰ ਮਿਲੀ ਹੈ, ਜਿਹਦੇ 'ਚ ਅਸੀਂ 68,400 ਟੈਬਲੇਟਸ ਅਤੇ 87,59,000 ਡਰੱਗ ਮਨੀ ਪਲੱਸ 3.5 ਲੱਖ ਦਾ ਜੋ ਪੌਨ ਕੀਤਾ ਹੋਇਆ ਸੋਨਾ, ਸੋ ਤਕਰੀਬਨ 90 ਲੱਖ ਦੇ ਕਰੀਬ ਜੋ ਸਾਨੂੰ ਡਰੱਗ ਮਨੀ ਦੇ ਵਿੱਚੋਂ ਮਿਲਿਆ ਅਤੇ ਮੈਂ ਆਪਣੀ ਸਾਰੀ ਟੀਮ ਨੂੰ ਇਸ ਗੱਲ 'ਤੇ ਵਧਾਈ ਦਿੰਦਾ। ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਅੱਜ ਜਲੰਧਰ ਅੰਮ੍ਰਿਤਸਰ GT ਰੋਡ ਜਹਾਜ਼ਗੜ੍ਹ ਵਿਖੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਕੀਤੀ। ਇਸ ਦੌਰਾਨ ਟਰੱਸਟ ਦੇ SC ਰਾਜੇਸ਼ ਗਰਗ ਦੀ ਅਗਵਾਈ ਹੇਠ ਵੱਡੀ ਤਾਦਾਦ 'ਚ ਦੁਕਾਨਾਂ ਖਾਲੀ ਕਰਵਾਈਆਂ ਗਈਆਂ। ਇਸ ਦੌਰਾਨ ਕਬਜ਼ਾਧਾਰੀਆਂ ਅਤੇ ਟੀਮ ਦਰਮਿਆਨ ਬਹਿਸਬਾਜ਼ੀ ਵੀ ਹੋਈ ਪਰ ਪੁਲਿਸ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਗ੍ਹਾ ਮਹਿੰਗੀ ਜਗ੍ਹਾ ਵਾ ਅਤੇ ਗਰੀਬਾਂ ਕੋਲ ਖੋਣ ਡਏ ਆ, ਸਾਡੇ ਪਿੱਛੇ ਹੱਥ ਹੈ ਨਹੀਂ ਕਿਸੇ ਦਾ, ਜਿਸ ਲੀਡਰ ਕੋਲ ਜਾਈਦਾ ਕੋਈ ਵਾਤ ਨਹੀਂ ਪੁੱਛਦਾ, ਨਾ ਸਾਡੇ ਉੱਥੋਂ ਲੈਣ ਆ ਜਾਂਦੇ ਵੋਟਾਂ ਹਰੀ ਸਾਡੇ ਕੋਲ ਆ ਜਾਂਦੇ ਆ, ਹੁਣ ਅਸੀਂ ਜਿਹਦੇ ਕੋਲ ਵੀ ਗਏ ਹਾਂ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹਾਂਜੀ ਕਿੱਥੇ ਕੋਈ ਸਾਡੇ ਕੋਈ ਜਗ੍ਹਾ ਨਹੀਂ, ਇਹ ਕੋਈ ਸਾਡੇ ਕੋਲ ਇਸ ਵੇਲੇ ਕੋਈ, ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ। ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ? ਸਾਨੂੰ ਅਸੀਂ 1965 ਦੇ ਇੱਥੇ ਹਾਂ। ਅੰਮ੍ਰਿਤਸਰ ਦੇ ਵਿੱਚ ਜਹਾਜ਼ਗੜ੍ਹ ਏਰੀਆ ਹੈ ਜਿਹੜਾ ਸਾਡੇ ਥਾਣੇ BDO ਦੇ ਵਿੱਚ ਹੁੰਦਾ ਹੈ, ਇਸ ਦੇ ਵਿੱਚ ਇੰਪਰੂਵਮੈਂਟ ਟਰੱਸਟ ਦੇ ਕੁਛ ਲੈਂਡ ਸੀਗੀ ਜਿਹਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਸਨ। ਇਹਦੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸਿਸ ਚੱਲ ਰਹੇ ਸੀ ਜੋ ਕਿ ਉਹ ਹਾਰ ਚੁੱਕੇ ਹਨ ਅਤੇ ਇੰਪਰੂਵਮੈਂਟ ਟਰੱਸਟ ਨੇ ਅੱਜ ਇਸ ਜਗ੍ਹਾ ਨੂੰ ਲੋਕੇਟ ਕਰਾਉਣ ਵਾਸਤੇ ਪੁਲਿਸ ਸਹਾਇਤਾ ਦੀ ਮੰਗ ਕੀਤੀ, ਜਿਹਦੇ ਕਰਕੇ ਮੈਂ ਅਤੇ ਮੇਰਾ ਪੂਰੇ ਜਿਹੜਾ ਸਟਾਫ ਇੱਥੇ ਨਾਲ ਆਏ ਹੋਏ ਹਨ, ਕਾਫੀ ACP ਸਮਾਨ SHO ਕਾਫੀ ਤਾਦਾਦ ਦੇ ਵਿੱਚ ਪੋਸਟ ਨਾਲ ਆਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅੱਜ SC ਵਿੰਗ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਮੰਦਰ ਦੇ ਢਾਏ ਜਾਣ ਦੇ ਸੰਵੇਦਨਸ਼ੀਲ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਜਾਣੂ ਕਰਵਾਇਆ ਸੀ ਕਿ ਜਿਸ ਥਾਂ 'ਤੇ ਢਾਏ ਜਾਣ ਤੋਂ ਪਹਿਲਾਂ ਮੰਦਰ ਦੀ ਇਮਾਰਤ ਸੀ ਉਹ ਥਾਂ ਰਵਿਦਾਸ ਭਾਈਚਾਰੇ ਨੂੰ 15ਵੀਂ ਸਦੀ 'ਚ ਲੋਧੀ ਰਾਜਵੰਸ਼ ਨੇ ਦਿੱਤੀ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ 7 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਗ੍ਰਹਿ ਮੰਤਰੀ ਨੂੰ ਮਿਲ ਕੇ ਮੰਦਰ ਦੀ ਮੁੜ ਉਸਾਰੀ ਲਈ ਮੰਗ ਕਰੇਗੀ। ਜਿਹੜੀ ਸੁਪਰੀਮ ਕੋਰਟ ਦੇ ਹੁਕਮ ਨਾਲ ਜਿਹੜਾ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਮੰਦਰ ਸੀ ਜਿਹਨੂੰ ਡਿਮੋਲਿਸ਼ ਕੀਤਾ ਗਿਆ ਉਹਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਹੈ। ਤੁਹਾਨੂੰ ਯਾਦ ਹੋਣਾ ਕਿ ਜਦੋਂ ਆਰਡਰ ਕੀਤੇ ਗਏ ਉਸੇ ਟਾਈਮ ਮੈਂ ਦਿੱਲੀ ਸੀ ਅਤੇ ਸਾਡੇ ਕੋਲ ਸਾਡੀ ਲੀਡਰਸ਼ਿਪ ਆਈ ਅਤੇ ਮੈਂ ਉਦੋਂ ਲੈਫਟਨੈਂਟ ਗਵਰਨਰ ਨਾਲ ਮੀਟਿੰਗ ਕੀਤੀ। ਉਹਨਾਂ ਨੂੰ ਦੱਸਿਆ ਕਿ ਇਹ ਬੜਾ ਇਮੋਸ਼ਨਲ ਇਸ਼ੂ ਹੈ, ਇੱਕ ਹਿਸਟੋਰਿਕ ਜਗ੍ਹਾ ਹੈ ਅਤੇ ਆਹ ਜਿਹੜਾ ਆਰਡਰ ਹੈ ਆਨਰੇਬਲ ਕੋਰਟ ਦਾ ਇਹਦੇ 'ਤੇ ਕੋਈ ਸਲਿਊਸ਼ਨ ਇਮੀਡੀਏਟਲੀ ਆਪਾਂ ਨੂੰ ਲੱਭਣਾ ਚਾਹੀਦਾ ਵੀ ਬਿਕੋਜ਼ ਇਮੋਸ਼ਨ ਜੁੜੀਆਂ ਲੋਕਾਂ ਦੀ ਇਮੋਸ਼ਨ ਜੁੜੀਆਂ। ਅਤੇ ਗਵਰਨਰ ਸਾਹਿਬ ਨੇ ਬੜਾ ਪੋਜ਼ੀਟਿਵਲੀ ਉਦੋਂ ਹੀ ਹਾਊਸਿੰਗ ਮਿਨਿਸਟਰ ਨਾਲ ਵੀ ਗੱਲ ਕੀਤੀ, ਉਹਦੇ ਬਾਅਦ ਪਰਸੋਂ ਮੈਂ ਅਮਿਤ ਸ਼ਾਹ ਜੀ ਜੋ ਹੋਮ ਮਨਿਸਟਰ ਹੈ ਉਹਨਾਂ ਨਾਲ ਵੀ ਮੀਟਿੰਗ ਕੀਤੀ ਅਤੇ ਅੱਜ ਮੈਂ ਇੱਕ ਕਮੇਟੀ ਬਣਾਤੀ 5 ਮੈਂਬਰ ਕਮੇਟੀ ਜਿਹੜੀ ਸਵੇਰੇ ਕੱਲ੍ਹ ਗਵਰਨਮੈਂਟ ਆਫ ਇੰਡੀਆ ਜਾ ਕੇ ਮੀਟਿੰਗ ਕਰ ਰਹੀ ਹੈ, 9 ਵਜੇ ਮੀਟਿੰਗ ਫਿਕਸ ਕੀਤੀ ਗਈ ਹੈ ਜਿਹੜਾ ਇਸ ਮਸਲੇ 'ਤੇ। ਸਾਨੂੰ ਪੂਰੀ ਉਮੀਦ ਹੈ ਕਿ ਕੋਈ ਪੋਜ਼ੀਟਿਵ ਰਿਜ਼ਲਟ ਜ਼ਰੂਰ ਨਿਕਲੂਗਾ। ਮੋਗਾ ਦੇ ਕਸਬਾ ਧਰਮਕੋਟ ਦੇ ਥਾਣੇ ਦੇ ਹੌਲਦਾਰ ਦਲਵੀਰ ਸਿੰਘ ਅਤੇ ਉਸ ਦੇ ਸਾਥੀ ਨੂੰ ਪਿੰਡ ਵਾਸੀਆਂ ਵੱਲੋਂ ਬੰਨ ਕੇ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਅਨੁਸਾਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਨਸ਼ਾ ਬਲੈਕ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਹੌਲਦਾਰ ਦਲਵੀਰ ਅਤੇ ਉਸ ਦੇ ਸਾਥੀ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਦਾਂ ਕੋਈ ਜਿਹੜਾ ਮੁਲਾਜ਼ਮ ਹੈਗਾ ਸੀ ਉਹ ਕਿਸੇ ਗਲਤ ਤਰੀਕੇ ਨਾਲ ਉੱਥੇ ਗਿਆ ਸੀ, ਅਸੀਂ ਪੂਰਾ ਵੈਰੀਫਾਈ ਨਹੀਂ ਹੋਇਆ
ਪਰ ਉਹ ਜੋ ਪਬਲਿਕ ਨੇ ਬਹਿ ਕੇ ਉਹਨਾਂ ਨਾਲ ਜੋ ਉਹਨਾਂ ਦਾ ਕੁੱਟਮਾਰ ਕੀਤੀ ਆ ਮੁਲਾਜ਼ਮ ਦੇ ਬਿਆਨ 'ਤੇ ਉਹਨਾਂ ਦੇ ਪਬਲਿਕ ਖਿਲਾਫ ਦਰਜ ਹੋਇਆ ਮੁਕੱਦਮਾ ਅਤੇ ਪਬਲਿਕ ਵੱਲੋਂ ਜੋ ਉਹਨਾਂ ਨਾਲ ਕੀਤੀ ਆ ਦੋਵਾਂ ਦਾ ਕ੍ਰੋਸ ਕੇਸ ਦਰਜ ਹੋਇਆ। ਸਰ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆ ਰਿਹਾ ਜਿਵੇਂ ਬਸਤੀ ਵਾਲੇ ਦੱਸ ਰਹੇ ਵੀ ਨਸ਼ਾ ਵੇਚਣਾ ਸੀ? ਨਹੀਂ ਨਹੀਂ ਅਜਿਹਾ ਕੋਈ ਚੀਜ਼ ਨਹੀਂ ਗੀ, ਨਾ ਹੀ ਕੋਈ ਨਸ਼ਾ ਵੇਚਣ ਚੱਲਿਆ ਸੀ, ਨਾ ਉਸਨੂੰ ਕੁਛ ਮਿਲਿਆ ਸੀ, ਅਤੇ ਪਬਲਿਕ ਇਕੱਠੀ ਹੋਈ ਸੀ, ਹਜੂਮ ਸੀ। ਸਰ ਉਹਨਾਂ ਨੇ ਆਰੋਪ ਲਗਾਇਆ ਵੀ ਇਹਨਾਂ ਦੇ ਨਾਲ ਇੱਕ ਸਾਥੀ ਵੀ ਹੈਗਾ, ਇੱਕ ਹੋਰ ਬੰਦਾ ਹੈਗਾ, ਅਤੇ ਦੋਨੇ ਜਿਹੜੇ ਵੇਚਣ ਵਾਸਤੇ ਆ ਰਹੇ ਸੀ। ਉਹ ਤਾਂ ਆਦਮੀ ਵੈਸੇ ਨਾਲ ਕਿਤੇ ਆ ਗਿਆ ਸੀ, ਪਰ ਉਹਦਾ ਕੋਈ ਨਾਲ ਕੋਈ ਸੰਬੰਧ ਨਹੀਂ ਇਸ ਗੱਲ 'ਚ। ਮੁਲਾਜ਼ਮ ਨੇ ਜਿਹੜਾ ਕੀ ਦੱਸਿਆ ਹੈਗਾ ਵੀ ਕਿਉਂ ਗਏ ਸੀ, ਕੀ ਮਾਮਲਾ ਸੀ? ਹਾਲੇ ਪੁੱਛ ਪੜਤਾਲ ਚੱਲ ਰਹੀ ਹੈ, ਡੀ ਐਸ ਪੀ ਧਰਮਕੋਟ ਕਰ ਰਹੇ ਨੇ ਇਸ ਸੰਬੰਧੀ, ਜੋ ਗੱਲ ਸਾਹਮਣੇ ਆਊਗੀ ਉਹ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈੱਬ ਟੀਵੀ।